ਵਿੱਚ ਤੁਹਾਡਾ ਸਵਾਗਤ ਹੈ ਹੁਣ ਹਰ ਖਬਰ ਤੁਹਾਡੇ ਤੱਕ SSP ਸੰਦੀਪ ਗੋਲ ਨੇ ਆਪਣੀ ਟੀਮ ਸਮੇਤ ਗਰੀਬ ਲੋਕਾਂ ਨਾਲ ਮਨਾਇਆ ਨਵੇਂ ਸਾਲ ਦਾ ਜਸ਼ਨ। ਜ਼ਿਲ੍ਹਾ ਪੁਲਿਸ ਨੇ ਨਵੀਂ ਪਿਰਤ 500 ਤੋਂ ਵੱਧ ਜ਼ਰੂਰਤਮੰਦਾਂ ਨੂੰ ਦਸਤਾਨੇ, ਜਰਾਬਾਂ, ਟੋਪੀਆਂ, ਇਸ ਤੋਂ ਇਲਾਵਾ ਸਾਬਣਾਂ ਅਤੇ ਮਾਸਕ ਵੀ ਵੰਡੇ। ਗਰੀਬ ਲੋਕਾਂ ਨੂੰ ਨਵੇਂ ਸਾਲ ਦੇ ਜਸ਼ਨ ਦਾ ਦਾਵਤ 'ਤੇ ਬੁਲਾਇਆ ਅਤੇ ਉਹਨਾਂ ਨਾਲ ਬਹਿ ਕੇ ਹੀ ਖਾਧਾ ਖਾਣਾ। सब तो पहला मैं बरनाला पुलिस टीम वालों सबनों सारे बरनाला वासियों पंजाब वासियों देश वासियों नवे साल दियाँ बहुत बहुत मुबारक देना चाहना। बरनाला पुलिस टीम ने ये बैठ के एक उपराला किया है बरनाला निवासियों रल के जड़े मेरे खब्बे पासे जिन्होंने अपना बहुत बहुमुल्य योगदान पाया है सारी मुहिम दे विच। असीं सोचा कि साल का नवा साल नवा दिन जिहड़ा पहला दिन चढ़ूगा असी आम लोगों नाल बैठ के रोटी खावांगे अते जिन्हां नूं ठंड का मौसम बहुत पै रहा है उस करके असी सारयां ने पूल इन करके अपने रिसोर्सिस असी सारयां नूं गर्म जराबां, टोपे, ग्लव्स, मास्क ते सोप्स वगैरह असी वंडन जा रहे हैं। तो इस करके असी कहिंदे कि साल का जिहड़ा आगाज़ है एक पॉजिटिव नोट नाल असी शुरू करिए ते इक तैयार करिए कि असी लोगों की सेवा लई बरनाला पुलिस टीम तत्पर तैयार है ਉਹੀ ਅਸੀਂ ਆਪਣਾ ਜਿਹੜਾ ਇਹ ਸਾਰਾ ਵਿਕਲਪ ਹੈ ਅਸੀਂ ਦੁਹਰਾ ਰਹੇ ਹਾਂ ਇਸ ਮਾਧਿਅਮ ਨਾਲ। ਸਰ ਕਿਹੜਾ ਸਮਾਜ ਕਿਹੜਾ ਵਰਗ ਹੈ ਜਿਹੜਾ ਜਾਂ ਕਿਸ ਤਰੀਕੇ ਨਾਲ ਇਹਨਾਂ ਪਰਿਵਾਰਾਂ ਨੂੰ ਇੱਥੇ ਲਿਆਂਦਾ ਗਿਆ, ਕਿਸ ਮੋਟਿਵ ਨੂੰ ਲੈ ਕੇ ਆਪਾਂ ਇਸ ਚੀਜ਼ ਨੂੰ ਅੱਜ ਕੀਤਾ? ਮੋਟਿਵ ਹੈ ਕਿ ਬਾਬੇ ਨਾਨਕ ਦੇ ਲੀਆਂ 'ਤੇ ਚੱਲਦੇ ਹੋਏ 10 ਵੰਡ ਆਪਣਾ ਸਾਰਿਆਂ ਨਾਲ ਜਿਹੜਾ ਬੰਦਾ ਨਹੀਂ ਹੁਣ ਸਰਦੀਆਂ ਦੇ ਵਿੱਚ ਹੈ ਬਹੁਤ ਜ਼ਿਆਦਾ ਅੱਤ ਦੀ ਸਰਦੀ ਪੈ ਰਹੀ ਹੈ ਕਈ ਨਹੀਂ ਅਫੋਰਡ ਕਰ ਪਾਉਂਦੇ ਗਰਮ ਗਲਵਸ ਦੇ ਕੁਝ ਹਰ ਕੋਲ ਮਹਿੰਗਾਈ ਹੈ ਤਾਂ ਉਸ ਕਰਕੇ ਸਾਡਾ ਛੋਟਾ ਜਿਹਾ ਹਿੱਲ ਹੈ ਅਸੀਂ ਆਪਦਾ ਜਿੰਨੇ ਸਾਡੇ ਕੋਲ ਲਿਮਿਟਡ ਰਿਸੋਰਸਿਸ ਸੀਗੇ ਅਸੀਂ ਉਹਦੇ ਅਸੀਂ ਸਾਡੇ ਸਾਰੇ SHO ਸਾਹਿਬਾਨ ਨੇ DSP ਸਾਹਿਬਾਨ ਨੇ SP ਸਾਹਿਬਾਨ ਨੇ ਅਸੀਂ ਜਿੱਥੋਂ ਜਿੱਥੋਂ ਸਾਨੂੰ ਆਪਣੇ ਆਪਣੇ ਥਾਣੇ ਦੇ ਵਿੱਚੋਂ ਹਰ ਥਾਣੇ ਦੇ ਵਿੱਚੋਂ ਅਸੀਂ ਜਿਹੜੇ ਹੈਗੇ ਆ ਲੋਕ ਆਪਣੀਆਂ ਬੱਸਾਂ 'ਤੇ ਆਪਣੀਆਂ ਗੱਡੀਆਂ 'ਤੇ ਇੱਥੇ ਲੈ ਕੇ ਆਏ। ਸਰ ਅਸੀਂ ਦੇਖਦੇ ਹਾਂ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਮਹਿਲਾਵਾਂ ਵੀ ਨੇ, ਕਿੰਨੀ ਗਿਣਤੀ ਦੇ ਵਿੱਚ ਪਰਿਵਾਰ ਇੱਥੇ ਬੁਲਾਏ ਗਏ ਨੇ? ਅਰਾਊਂਡ 500 ਪਰਿਵਾਰ ਨਹੀਂ ਹੈ, ਅਸੀਂ 500 ਮਤਲਬ 500 ਟੋਟਲ ਸਾਡੇ ਕੋਲ 500 ਤੋਂ 550 ਇਸ ਇੱਥੇ ਆਏ ਨੇ ਜਿਨ੍ਹਾਂ ਨਾਲ ਅਸੀਂ ਬੈਠ ਕੇ ਖਾਣਾ ਖਾਧਾ ਅਤੇ ਅਸੀਂ ਇਹਨਾਂ ਨੂੰ ਜੋ ਤੁਹਾਡੇ ਸਾਹਮਣੇ ਅਸੀਂ ਇਹਨਾਂ ਨੂੰ ਇਹ ਚੀਜ਼ਾਂ ਅਸੀਂ ਦੇ ਰਹੇ ਹਾਂ। ਹਾਂਜੀ ਮੈਂ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਗਲਵਸ ਦੇਣ ਜਾ ਰਹੇ ਹਾਂ, ਟੋਪੇ ਦੇਣ ਜਾ ਰਹੇ ਹਾਂ, ਗਰਮ ਜਰਾਬਾਂ ਦੇਣ ਜਾ ਰਹੇ ਹੈਗੇ ਹਾਂ, ਮਾਸਕ ਅਤੇ ਸਾਬਣ ਦਾ ਜਿਵੇਂ ਕੋਵਿਡ ਚੱਲ ਰਿਹਾ ਹਲੇ ਖੈਰ ਉਹਦਾ ਖਤਮ ਨਹੀਂ ਹੋਇਆ ਤਾਂ ਉਹ ਵੀ ਇੱਕ ਸਾਡਾ ਛੋਟਾ ਜਿਹਾ ਉਪਰਾਲਾ ਨਾਲ ਹੀ ਦੇ ਰਹੇ ਹਾਂ।